ਓ ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਵਿੱਚ ਇੱਕ ਪੌੜੀ ਵਿੱਚ ਇਹ ਗੱਲ ਕਹਿੰਦੇ ਨੇ ਮਦ ਵਿੱਚ ਰਿੱਧਾ ਪਾਇਕ ਹੈ ਮਦ ਕਹਿੰਦੇ ਸ਼ਰਾਬ ਨੂੰ ਸ਼ਰਾਬ ਦੇ ਵਿੱਚ ਕੁੱਤੇ ਦੇ ਮਾਸ ਨੂੰ ਰੰਨ ਕੇ ਤੇ ਧਰਿਆ ਮਾਨਸ ਖੋਪਰੀ ਮਦ ਵਿੱਚ ਰਿੱਧਾ ਪਾਇਕ ਹੈ ਕੁੱਤੇ ਦਾ ਮਾਸ ਧਰਿਆ ਮਾਨਸ ਖੋਪਰੀ ਤੇ ਸੰਮੰਦੀ ਬਾਸ ਹੁਣ ਕੁੱਤੇ ਦਾ ਮਾਸ ਸ਼ਰਾਬ ਚ ਰੰਨਿਆ ਹੋਏਗਾ ਉਹ ਚੋ ਸੁਗੰਧੀ ਥੋੜਾ ਆਏਗੀ ਬਦਬੂ ਆਏਗੀ ਰਿੰਨਿਆ ਸ਼ਰਾਬ ਚ ਐ ਕੁੱਤੇ ਦਾ ਮਾਸ ਤੇ ਧਰਿਆ ਕਾ ਚ ਧਰਿਆ ਮਾਨਸ ਖੋਪਰੀ ਤਿਸ ਮੰਦੀ ਵਾਸ ਰਤੂ ਭਰਿਆ ਕਪੜਾ ਕਰ ਕਜਣ ਤਾਸ ਹੁਣ ਸਿੱਖਿਆ ਕੀ ਦਿੱਤੀ ਭਾਈ ਸਾਹਿਬ ਨੇ ਇੱਕ ਖੂਨ ਨਾਲ ਲਿਬੜਿਆ ਹੋਇਆ ਕਪੜਾ ਉਸ ਖੋਪਰੀ ਵਿੱਚ ਪਏ ਹੋਏ ਮਾਸ ਨੂੰ ਟਕਿਆ ਹੋਏ ਦੇ ਨਾਲ ਕਹਿੰਦੇ ਪੁੱਛਿਆ ਗਿਆ ਟੱਕ ਲੈ ਚੱਲੀ ਚੂੜੀ ਕਰ ਭੋਗ ਬਲਾਸ ਇੱਕ ਔਰਤ ਉਹਨੂੰ ਢਾਕੇ ਤੇ ਤੁਰੀ ਜਾ ਰਹੀ ਹੈ ਕਿਸੇ ਨੇ ਰਾਤ ਪੁੱਛ ਲਿਆ ਭੈਣੇ ਆ ਖੂਨ ਨਾਲ ਲਿਬੜਿਆ ਹੋਇਆ ਕੱਪੜਾ ਇਹਦੇ ਥੱਲੇ ਕੀ ਟਕਿਆ ਲੋਕ ਤਾਂ ਕੋਈ ਚੀਜ਼ ਜਦੋਂ ਟਕਣ ਤੇ ਸਾਫ਼ ਕੱਪੜੇ ਨਾਲ ਟੱਕਦੇ ਆ ਆਪਾਂ ਆਪਣੇ ਘਰ 'ਚ ਕੋਈ ਚੀਜ਼ ਟਕਣੀ ਹੋਵੇ ਕੋਈ ਚੀਜ਼ ਬਣੀ ਆ ਕੋਈ ਪ੍ਰਸ਼ਾਦਾ ਹੈ ਕੋਈ ਦਾਲ ਸਬਜੀ ਹੈ ਕੋਈ ਵੀ ਤੁਸੀਂ ਚੀਜ਼ ਟੱਕਦੇ ਜੇ ਤੇ ਆਪਾਂ ਉਹਨੂੰ ਉਹਦੇ ਤੇ ਸਾਫ਼ ਕੱਪੜਾ ਦਿੰਨੇ ਆ ਸਾਫ਼ ਕੱਪੜਾ ਇਹ ਇਹ ਖੂਨ ਨਾਲ ਲਿਬੜਿਆ ਕੱਪੜਾ ਜੇ ਕੋਈ ਟਕਣਾ ਸੀ ਤੇ ਕੋ ਸਾਫ਼ ਕੱਪੜਾ ਹੁੰਦਾ ਇਹ ਖੂਨ ਨਾਲ ਲਿਬੜੇ ਕੱਪੜੇ ਨਾਲ ਕੀ ਟਕਿਆ ਤਾਂ ਉਸ عورت ਨੇ ਜਵਾਬ ਦਿੱਤਾ ਆਖ ਸੁਣਾਏ ਪੁੱਛਿਆ ਲਾਹੇ ਵਿਸ਼ਵਾਸ ਵੀ ਕੀ ਟਕਿਆ ਉਹ ਆਂਦੀ ਮੈਂ ਕੁੱਤੇ ਦੇ ਮਾਸ ਨੂੰ ਸ਼ਰਾਬ ਵਿੱਚ ਰਿੰਨ ਕੇ ਮਨੁੱਖ ਦੀ ਖੋਪੜੀ ਚ ਪਾ ਕੇ ਇਹ ਖੂਨ ਨਾਲ ਲਿਬੜੇ ਕੱਪੜੇ ਨਾਲ ਟਾਕੇ ਲੈ ਕੇ ਚੱਲੀ ਆ ਉਹ ਬੰਦਾ ਫੇ ਹੱਸ ਪਿਆ ਹੁੰਦਾ ਭੈਣੇ ਮੈਨੂੰ ਸਮਝ ਨਹੀਂ ਲੱਗੀ ਲੋਕ ਤਾਂ ਚੰਗੀਆਂ ਚੀਜ਼ਾਂ ਚੰਗੇ ਕੱਪੜਿਆਂ ਨਾਲ ਟੱਕਦੇ ਆ ਆਹ ਤਾਂ ਚੀਜ਼ ਹੈ ਹੀ ਪਹਿਲਾਂ ਮਾੜੀ ਇਹਦੇ ਨਾਲ ਤੇ ਵੈਸੇ ਵੀ ਕਿਸੇ ਦਾ ਵੇਖਣ ਨੂੰ ਜੀ ਨਹੀਂ ਕਰਨਾ ਕੋਈ ਲੋਕ ਚੰਗੀ ਚੀਜ਼ ਟੱਕਦੇ ਤੇ ਚੀਜ਼ ਹੈ ਹੀ ਪਹਿਲਾਂ ਮਾੜੀ ਇਹਨੂੰ ਟੱਕਣ ਦੀ ਕੀ ਲੋੜ ਪਈ ਹੁਣ ਆਪਾਂ ਜਦੋਂ ਟੱਕਦੇ ਚੰਗੀ ਚ ਕਦੀ ਰੂੜੀ ਨੂੰ ਟੱਕਦਿਆਂ ਵੇਖਿਆ ਕਿਸੇ ਨੇ ਗੰਦਗੀ ਨੂੰ ਟੱਕਣ ਦੀ ਕੀ ਲੋੜ ਹੈ ਉਹ ਤੇ ਪਹਿਲਾਂ ਹੀ ਗੰਦੀ ਹੈ ਟਕਾਂਗੇ ਤਾਂ ਚੰਗੀ ਚੀਜ਼ ਨੂੰ ਕਦੇ ਕਿਉਂ ਟੱਕਿਆ ਤੇ ਪਹਿਲਾਂ ਹੀ ਬੜੀ ਗੰਦੀ ਹੈ ਤੇ ਅੱਗੇ ਉਹ ਜਿਹੜਾ ਜਵਾਬ ਦਿੱਤਾ ਨਾ ਉਸ ਔਰਤ ਨੇ ਸਿੱਖਿਆ ਕੀ ਦਿੱਤੀ ਭਾਈ ਸਾਹਿਬ ਨੇ ਕਹਿੰਦੀ ਇਸ ਕਰਕੇ ਮੈਂ ਢਾਕੇ ਲੈ ਕੇ ਚੱਲੀ ਆ ਨજર ਪਵੇ ਆ ਕਿਰਤਕਣ ਮਤ ਹੋਏ ਵਿਨਾਸ਼ ਜੇ ਕਿਤੇ ਆ ਕਿਰਤਕਣ ਬੰਦੇ ਦੀ ਇਹ ਤੇ ਨજર ਪੈ ਗਈ ਇਹਨੇ ਹੋਰ ਮਾੜਾ ਹੋ ਜਾਣਾ ਹੈ ਗੱਲ ਸਮਝ ਆਈ ਪਿਆ ਰਿਓ ਵੀ ਆ ਕਿਰਤਕਣ ਬੰਦੇ ਦੀ ਨજર ਇੰਨੀ ਮਾੜੀ ਹੈ ਇਹ ਭਵੇਂ ਇੰਨਾ ਗੰਦਾ ਵਾ ਇਹ ਕੁੱਤੇ ਦਾ ਮਾਸ ਸ਼ਰਾਬ ਚ ਰੰਨੇ ਆ ਜੇ ਕਿਤੇ ਆ ਕਿਰਤਕਣ ਦੀ ਨજર ਪੈ ਗਈ ਇਹਨੇ ਹੋਰ ਮਾੜਾ ਹੋ ਜਾਣਾ ਹੈ ਸਮਝ ਆ ਗਈ ਹੁਣ ਕਿਰਤਕਣ ਕੌਣ ਆਪੇ ਹਸਾਬ ਲਈ ਜਾਓ ਇਹਦੀ ਵਿਆਖਿਆ ਦੀ ਲੋੜ ਨਹੀਂ ਜੇ ਬੱਚਾ ਆਪਣੇ ਮਾਂ ਬਾਪ ਦਾ احਸਾਨ ਭੁੱਲ ਜਾਏ ਤੇ ਬੱਚਾ ਕਿਰਤਕਣ ਬਣ ਜਾਂਦਾ ਹੈ ਜੇ ਕਿਸੇ ਭਰਾ ਨੇ ਹੁਣ ਕਈਆਂ ਘਰਾਂ ਚ ਇੱਕ ਭਰਾ ਨਹੀਂ ਪੜਦਾ بڑے ਘਰ ਐਸੇ ਨਹੀਂ ਜਿੱਥੇ ਕਿਤੇ ਵੱਡੇ ਭਰਾ ਨੇ ਆਪ ਸਕੂਲੇ ਨਾ ਜਾ ਕੇ ਛੋਟਿਆਂ ਨੂੰ ਪੜਾ ਦਿੱਤਾ ਆਪ ਖੇਤੀ ਕੀਤੀ ਮਿਹਨਤ ਮਜ਼ਦੂਰੀ ਕੀਤੀ ਕਿ ਮੇਰਾ ਭਰਾ ਚੰਗਾ ਪੜ੍ਹ ਲਿਖ ਜਾਏ ਹੁਣ ਫਰਜ਼ ਕੀ ਬਣਦਾ ਸੀ ਜਿਹੜੇ ਭਰਾ ਪੜ੍ਹ ਲੈ ਗਏ ਕਿ ਸਾਡੇ ਭਰਾ ਨੇ ਅਨਪੜ੍ਹ ਰਹਿ ਕੇ ਕੰਮ ਕਰਕੇ ਸਾਡੀਆਂ ਸਕੂਲਾਂ ਦੀਆਂ ਸਾਡੀਆਂ ਕਾਲਜਾਂ ਦੀਆਂ ਸਾਡੀਆਂ ਫੀਸਾਂ ਤਾਰੀਆਂ ਉਹ ਆਪਣੇ ਬੱਚਿਆਂ ਨੂੰ ਦੱਸਦੇ ਆ ਕਿ ਪੁੱਤ ਜੇ ਤੁਹਾਡਾ ਤਾਇਆ ਅਨਪੜ੍ਹ ਰਹਿ ਗਿਆ ਨਾ ਤੇ ਉਹਨੇ ਆਪਣੇ ਭਰਾ ਪੜਾਇਆ ਜੇ ਚਾਚੇ ਪੜ੍ਹੇ ਆ ਤੇ ਤੁਹਾਡੇ ਤਾਏ ਦੀ ਬਦੌਲਤ ਪੜ੍ਹੇ ਆ ਤੇ ਫਿਰ ਉਹੋ ਜੇ ਬੱਚੇ ਆਪਣੇ ਤਾਏ ਦਾ ਆਪਣੇ ਪਿਓ ਨਾਲੋਂ ਵੱਧ ਸਤਿਕਾਰ ਕਰਦਿਆ ਕਿ ਸਾਡੇ ਪਿਓ ਨੇ ਤਾਏ ਬਾਰੇ ਸਾਨੂੰ ਦੱਸਿਆ ਕਿ ਇਹ ਆਪ ਅਨਪੜ੍ਹ ਰਹਿ ਕੇ ਕੰਮ ਕਰਕੇ ਸਾਨੂੰ ਪੜਾਇਆ ਇਹਨੇ ਸਕੂਲਾਂ ਦੀਆਂ ਫੀਸਾਂ ਤਾਰੀਆਂ ਚੰਗੇ ਭਰਾ ਵੀ ਹੈਗੇ ਪਰ ਬਹੁਤੇ ਜਿਸ ਪੌੜੀ ਤੇ ਡੰਡਾ ਰੱਖ ਕੇ ਚੜਨ ਮੁੜ ਕੇ ਉਸੇ ਪੌੜੀ ਦੇ ਡੰਡੇ ਵੱਢਣ ਲੱਗ ਪੈਂਦੇ ਜਿਸ ਬਾਪ ਨੇ ਆਪਣੇ ਪੈਰੀ ਚੰਗਾ ਜੋੜਾ ਨਾ ਪਾਇਆ ਕਿ ਪੁੱਤ ਨੂੰ ਲੈ ਕੇ ਦੇ ਦੇਆ ਜਿਸ ਮਾ ਨੇ ਆਪਣੇ ਹੱਥੀਂ ਕਦੀ ਚੰਗਾ ਕੱਪੜਾ ਖਰੀਦ ਕੇ ਗੱਲ ਨਾ ਪਾਇਆ ਕਿ ਮੈਂ ਆਪਣੇ ਪੁੱਤ ਧੀ ਨੂੰ ਲੈ ਦਿਆਂ ਜਦੋਂ ਪੁੱਤਾਂ ਧੀ ਆਂਦੀਆਂ ਵਾਰੀਆਂ ਆਈਆਂ ਤੇ ਵੰਡਣ ਲੱਗ ਪਏ ਤੂੰ ਮਾਂ ਨੂੰ ਰੱਖਣਾ ਕਿ ਬਾਪੂ ਨੂੰ ਰੱਖਣਾ ਆਪਣੇ ਘਰ ਕਈ ਤੇ ਇਦਾਂ ਕਹਿਣਗੇ ਮਾਂ ਬਾਪ ਕਿੱਧਰ ਰਹਿੰਦਾ ਕਹਿੰਦੇ ਮਾਂ ਬਾਪ ਤੇ ਸਾਡੇ ਵੱਲ ਰਹਿੰਦਾ ਕਦੀ ਵੱਡੇ ਵੱਲ ਚਲ ਜਾਂਦਾ ਕਦੀ ਛੋਟੇ ਵੱਲ ਆ ਜਾਂਦਾ ਵਾ ਬਸ ਵਾਰੀ ਦੀ ਬੱਧੀ ਅਸੀਂ ਇਦਾਂ ਵੰਡ ਵਰਤ ਕੇ ਰਹੀ ਜਾਂਦੇ ਅਸੀਂ ਅੱਛਾ ਇੱਕ ਮੇਰੀ ਬੇਨਤੀ ਹੈ ਇਹ ਵੀ ਕਿਹਾ ਜਾ ਸਕਦਾ ਸੀ ਨਾ ਹੁਣ ਫਰਕ ਹੈ ਨਾ ਸੋਚਦਾ ਇੱਕ ਕਹਿੰਦਾ ਜੀ ਮਾਪੇ ਕਿੰਨਾ ਨਾ ਰਹਿੰਦਾ ਕਹਿੰਦਾ ਮਾਪੇ ਸੁੱਖ ਨਾ ਸਾਡੇ ਨਾਲ ਰਹਿੰਦਾ ਇਹ ਵੀ ਕਿਹਾ ਜੱਸ ਦੱਸਦੀ ਮੈਂ ਜੇ ਇੰਨਾ ਵੱਡਾ ਨਹੀਂ ਹੋਇਆ ਕਿ ਮਾਪੇ ਸਾਡੇ ਨਾਲ ਰਵੇ ਮੈਂ ਅਜੇ ਮਾਪੇ ਨਾਲ ਰਹਿਣਾ ਵਾ ਬੋਲੋ ਸਾਰੇ ਮੈਂ ਜੇ ਇੰਨਾ ਵੱਡਾ ਨਹੀਂ ਹੋਇਆ ਕਿ ਮਾਪੇ ਮੇਰੇ ਨਾਲ ਰਹਿਣ ਮੈਂ ਮਾਪੇ ਨਾਲ ਰਹਿਣਾ ਵਾ ਬੱਚਾ ਤੇ ਬੱਚੇ ਹੁੰਦਾ ਭਾਵੇਂ ਬੱਚਾ 70 ਸਾਲ ਦਾ ਹੋ ਜਾਏ ਮਾਂ ਪਿਛੇ 90 100 ਸਾਲ ਦੀ ਹੋਵੇ 70 ਸਾਲ ਦਾ ਵੀ ਤੇ ਉਹਦਾ ਤੇ ਪੋਤੀ ਹੈ ਨਾ ਉਹ ਬੋਲੋ ਗੁਰੂ ਕੇ ਪਿਆਰੇ ਉਹਦਾ ਤੇ ਬੱਚਾ ਹੀ ਹੈ ਪਰ ਹੈ ਸੋਚ ਅੱਜ ਅੱਜ ਤੇ ਪਤਾ ਕਿੰਨੇ ਕਿਸੇ ਨਾਲ ਰਹਿੰਦੇ ਮਾਪੇ ਕਹਿੰਦਾ ਕਦੀ ਵੱਡੇ ਵਾਲ ਚੱਲ ਜਾਂਦੇ ਆ ਕਦੀ ਛੋਟੇ ਵਾਲ ਆ ਜਾਂਦੇ ਆ ਕਦੀ ਉਹ ਅਹੀਂ ਤੇ ਯਾਦ ਕੀਤਾ ਉਹਨਾਂ ਨੂੰ ਜਾਣ ਕੇ ਜਦੋਂ ਮਨ ਜਾ ਭਰ ਜਾਂਦਾ ਕਦੀ ਉਧਰ ਤੇ ਇਹ ਵੀ ਕਿਹਾ ਜਾਂਦਾ ਜੀ ਸਾਡਾ ਬੜਾ ਪਿਆਰ ਹੈ ਅਸੀਂ ਆਪਣੇ ਮਾਪੇ ਬਾਬ ਦੇ ਨਾਲ ਰਹਿੰਦੇ ਆ ਤੇ ਗੁੱਸਾ ਨਾ ਮਨਾਇਓ ਜਿਨ੍ਹਾਂ ਦੀ ਜਿਉਂਦੇ ਮਾਪੇ ਬਾਪ ਨਾ ਘਟ ਬਣੇ ਨਾ ਸਿਵਿਆਂ ਤੇ ਰੋਣਾ ਲੋਕਾਂ ਨਾਲੋਂ ਆਮ ਪਰਿਵਾਰ ਨਾਲੋਂ ਵੱਧ ਉਹਨਾਂ ਨੂੰ ਹੀ ਆਉਂਦਾ ਹੁੰਦਾ ਫਿਰ ਉਹ ਉਹ ਵਿਖਾਵਾ ਜਿਆਦਾ ਕਰਦੇ ਹੋ ਫਿਰ ਨੋ ਏਦਾਂ ਦੂਰੋਂ ਰੋਂਦੀ ਆਉਗੀ ਮਰ ਗਈ ਮੈਂ ਹਾਏ ਬਾਪੂ ਕਿੱਥੇ ਚਲੇ ਗਿਆ ਹਾਏ ਮੇਰੀ ਮਾਂ ਕਿੱਥੇ ਚਲੇ ਗਈ ਉਹ ਫਿਰ ਸਾਰੇ ਪਿੰਡ ਵਾਲਿਆਂ ਨੂੰ ਪਤਾ ਹੁੰਦਾ ਵੀ ਇਹ ਤਾਂ ਚੰਡੀ ਇਹ ਤੇ ਕੋਠੀ ਪਾਲੀ ਸੀ ਇਹਨਾਂ ਨੇ ਤੇ ਇਹ ਤੇ ਸ਼ਹਿਰ ਚਲੇ ਗਏ ਸੀ ਇਹਨੂੰ ਕਾਹਦਾ ਰੋਣਾ ਬਈ ਇਹ ਤੇ ਇਹਨਾਂ ਦੇ ਕਦੀ ਦੋ ਰੋਟੀਆਂ ਲਾ ਕੇ ਨਹੀਂ ਸੱਸ ਨੂੰ ਖਵਾਈਆਂ ਪਰੋ ਗੱਡੀ ਚ ਉਤਰਦੇ ਆ ਉੱਥੋਂ ਹੀ ਪੁੱਭਾ ਮਾਰਦੀ ਉਹਨੇ ਆਉਣਾ ਫਿਰ ਉਹਨੂੰ ਨਿੰਬੂ ਪਾਣੀ ਪੀਉਣਾ ਪਿਆ ਕਰੀ ਸਕੰਝਮੀ ਬਣਾ ਕੇ ਉੱਥੇ ਵੀ ਦਾ ਬੀਪੀ ਘਟ ਗਿਆ ਬੀਬੀ ਦਾ ਖੇਖਣਕਾਰੀ ਔਰਤਾਂ ਗੁੱਸਾ ਨਾ ਮਨਾਇਓ ਇਹ ਸ਼ਬਦ ਮੇਰੇ ਚੁਬੜੇ ਨੇ ਕਈਆਂ ਨੂੰ ਜਿਹੜੀ ਸੱਚੀ ਸਾਸਣਾ ਰਹਿੰਦੀ ਹੁੰਦੀ ਹੈ ਨਾ ਜਿਹਨੂੰ 15 ਦਿਨ ਮਹੀਨਾ 6 ਮਹੀਨੇ ਉਹਦੀ ਗੰਦਗੀ ਸਾਫ ਕੀਤੀ ਆ ਉਹਨੂੰ ਰੋਣਾ ਨਹੀਂ ਆ ਰਿਹਾ ਉਹ ਉਹ ਆਪਣੀ ਜੀਵਨ ਨੂੰ ਨੇ ਸਫਲ ਕਰ ਲਿਆ ਉਹਨੇ 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 ਆਪਣੀ ਮਾਂ ਚ ਆਪਣੀ ਸੱਸ ਚੋਂ ਮਾਂ ਵੇਖ ਲਈ ਉਹਨੇ ਕਿਹਾ ਨਾ ਨਾ ਮੈਂ ਮੈਨੂੰ ਪਤਾ ਜਿੱਦਾਂ ਮੇਰੇ ਜਦੋਂ ਮੈਂ ਵਿਆਹੀ ਆਈ ਮੇਰੀ ਮਾਂ ਵੀ ਚੜ੍ਹਾਈ ਕਰ ਗਈ ਮੇਰਾ ਬਾਪੂ ਵੀ ਚੜ੍ਹਾਈ